ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਰਾਜਪੁਰਾ ਅਨਾਜ ਮੰਡੀ ਦਾ ਅੱਜ ਅਚਾਨਕ ਦੌਰਾ ਕੀਤਾ ਅਤੇ ਖਰੀਦ ਏਜੰਸੀਆਂ ਦੇ ਅਫਸਰਾਂ ਅਤੇ ਮੰਡੀ ਦੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਨੇ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਕਣਕ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ ਖਰੀਦ ਏਜੰਸੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਤੇ 24 ਘੰਟਿਆਂ 'ਚ ਖਰੀਦ ਕਰਨੀ ਯਕੀਨੀ ਬਣਾਉਣ। ਉਸਦੇ ਨਾਲ ਹੀ ਉਹਨਾਂ ਨੇ ਇਹ ਵੀ ਹਦਾਇਤ ਕੀਤੀ ਕਿ ਖਰੀਦੀ ਕਣਕ ਦੀ ਅਦਾਇਗੀ ਅਤੇ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਵੀ 24 ਘੰਟਿਆਂ ਅੰਦਰ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਚੁਸਤ ਦਰੁਸਤ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਮੰਡੀਆਂ ਵਿੱਚ ਆਪਣੀ ਜਿਨਸ ਲੈ ਕੇ ਆ ਰਹੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਕਤ ਨਹੀਂ ਆਉਣੀ ਚਾਹੀਦੀ, ਜਿਹੜੇ ਮੇਨ ਸਟੇਕ ਹੋਲਡਰ ਹੈ ਆਪਣੇ ਕਿਸਾਨ, ਉਹਨਾਂ ਨੂੰ ਟਾਈਮ ਨਾਲ ਉਹਨਾਂ ਦਾ ਜਿਹੜਾ ਹੈਗਾ ਮਾਲ ਪ੍ਰੋਕਿਓਰ ਹੋ ਜਾਣਾ ਚਾਹੀਦਾ ਅਤੇ ਲਿਫਟ ਹੋ ਜਾਣਾ ਚਾਹੀਦਾ ਹੈਗਾ ਜੀ। ਨਾਲ ਦੇ ਨਾਲ ਉਹਨਾਂ ਨੂੰ ਪੇਮੈਂਟ ਦਾ ਵੀ ਜਿਹੜੀ ਹੈਗੀ ਟਾਈਮ ਨਾਲ ਹੋ ਜਾਣੀ ਚਾਹੀਦੀ ਹੈ। ਸਾਰਾ ਕੁਝ ਜੋ ਹੈ ਠੀਕ ਹੈ, ਇਟ ਇਜ਼ ਜਸਟ ਕਿ ਕੋਆਰਡੀਨੇਸ਼ਨ ਕੁਛ ਇਸ਼ੂ ਸੀ, ਉਸ ਕਰਕੇ ਜਿਹੜੀ ਅਸੀਂ ਮੀਟਿੰਗ ਕੀਤੀ ਹੈਗੀ ਹੁਣ ਜਿਹੜਾ ਹੈਗਾ ਇੱਥੇ ਕੋਈ ਵੀ ਇਸ਼ੂ ਨਹੀਂ ਹੈਗਾ। ਅਗਰ ਕੋਈ ਇਸ਼ੂ ਆਏਗਾ ਵੀ ਅਸੀਂ ਵਾਰ ਫੁਟਿੰਗ 'ਚ ਰੋ ਨਹੀਂ ਪੈਣਾ। ਫਿਰ ਸੇ ਵਾਈ ਰਿਪੀਟ ਕਰਾਂ, ਮੈਂ ਆਪਣੀ ਲਾਈਨ ਇਹ ਕਹਿੰਦਾ ਜੀ ਕਿ ਪੇਮੈਂਟਸ ਆਰ ਆਰ ਪ੍ਰਾਇਰਿਟੀ ਜੀ। ਹੁਣ ਸਵਾਈਪ ਕਾਰਡ ਸਾਰੇ ਆੜ੍ਹਤੀ 'ਤੇ ਬਣ ਗਏ ਹੈਗੇ, ਅਸੀਂ ਇਹ ਕੋਸ਼ਿਸ਼ ਕਰਾਂਗੇ ਜਦੋਂ ਵੀ ਬਿੱਲ ਬਣ ਜਾਣਗੇ ਅਸੀਂ ਰੀਅਲ ਟਾਈਮ 'ਤੇ ਜਿਹੜਾ ਹੈਗਾ ਉਹਨਾਂ ਦੇ ਖਾਤੇ 'ਚ ਪਹੁੰਚਾਉਣਾ। ਸਰ ਲਿਫਟਿੰਗ ਦੇ ਬਾਰੇ ਅੱਜ ਕਿੰਨੀ ਲਿਫਟਿੰਗ ਹੋਵੇ ਅਤੇ ਕਿੰਨੀ ਬਕਾਇਆ ਰਹਿੰਦੀ ਹੈ? ਅੱਜ ਲਿਫਟਿੰਗ ਦਾ ਪਤਾ ਨਹੀਂ ਜੀ, ਕੱਲ੍ਹ ਦੀ ਲਿਫਟਿੰਗ ਜਿਹੜੀ ਹੈਗੀ ਜ਼ਿਲ੍ਹੇ ਦੀ 46,000 ਸੀ। ਐਂਡ ਸਾਡੀ ਇਹ ਕੋਸ਼ਿਸ਼ ਰਹੀ ਕਿ ਅਸੀਂ 50-55-60,000 ਦੇ ਨੇੜੇ ਜਿਹੜੇ ਰੋਜ਼ ਲਿਫਟ ਕਰਦੇ ਜੇਕਰ ਔਰ ਉਹ ਸਾਡੀ ਜਿਹੜੀ ਹੈਗੀ ਪੀਕ ਲਿਫਟਿੰਗ ਹੈ। ਰਾਜਪੁਰਾ ਤੋਂ ਦਿਨੇਸ਼ ਸਚਦੇਵਾ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ